ਤੋ ਦੋਸਤੋ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਹੁਣ ਆਪਾਂ ਕਰਨ ਜਾ ਰਹੇ ਹਾਂ ਜੀ ਇਸ ਵੀਡੀਓ ਦੇ ਵਿੱਚ ਚੈਪਟਰ 5 ਪਾਰਟ 3 ਹੈ ਆਪਣਾ ਜਿਨ੍ਹਾਂ ਨੇ ਦੋ ਪਾਰਟ ਪਹਿਲਾਂ ਨਹੀਂ ਦੇਖੇ ਦੇਖ ਸਕਦੇ ਆ ਜਾ ਕੇ ਚੈਨਲ ਦੇ ਉੱਪਰ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਟੈਲੀਗ੍ਰam ਗਰੁੱਪ ਜੁਆਇਨ ਕਰ ਲਿਓ ਆਨਲਾਈਨ ਟੈਸਟ ਚੱਲਦੇ ਰਹਿੰਦੇ ਆ ਨੋਟਸ ਡਿਸਕਸ਼ਨ ਵਗੈਰਾ ਸਾਰੇ ਬੱਚਿਆਂ ਦੇ ਚੱਲਦੀ ਰਹਿੰਦੀ ਆ ਆਪਸ ਦੇ ਵਿੱਚ ਵੀ ਕੋਈ ਜੇ ਉਹਨਾਂ ਨੂੰ ਪ੍ਰੋਬਲਮ ਹੋਵੇ ਤਾਂ ਉਹ ਡਿਸਕਸ ਕਰਦੇ ਰਹਿੰਦੇ ਆ ਸਾਰੇ ਬੱਚੇ ਮਿਲ ਕੇ ਇਹ ਬਹੁਤ ਵਧੀਆ ਗੱਲ ਹੈ ਹੁਣ ਆਪਾਂ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਜੀ ਖਾਲਸਾ ਦੀ ਇੱਥੇ ਥੋੜੇ ਜਿ ਮਿਸਟੇਕ ਕੀਤੀ ਹੋਈ ਬੁੱਕ ਦੇ ਵਿੱਚ ਇਹਦੇ ਵਿੱਚ ਆਊਗਾ ਜੀ ਆਪਣੇ ਕੋਲ ਖਾਲਸਾ ਦੀ ਸਿਰਜਣਾ ਦਾ ਮਹੱਤਵ ਦੇ ਸਿੱਟੇ ਠੀਕ ਹੈ ਜੀ ਉਹਦਾ ਮਹੱਤਵ ਕੀ ਸੀ ਤੇ ਉਹਦੇ ਸਿੱਟੇ ਕੀ ਨਿਕਲੇ ਠੀਕ ਹੈ ਜੀ ਉਹਨਾਂ ਦੇ ਕਾਰਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਿਤੇ ਆ ਚੈੱਕ ਕਰ ਲਿਓ ਜਾ ਕੇ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆਊਗਾ ਜੀ ਖਾਲਸਾ ਦੀ ਸਿਰਜਣਾ ਸੀ ਜਿਹੜੀ ਉਹਨੇ ਲੋਕਾਂ ਦੇ ਮਨਾਂ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਠੀਕ ਹੈ ਜੀ ਉਹਦੇ ਨਾਲ ਕੀ ਹੋਇਆ ਲੋਕਾਂ ਦੇ ਮਨਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਫਰਸਟ ਪੁਆਇੰਟ ਆਪਣੇ ਕੋਲ ਕੀ ਹੈ ਗਿਆ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਕਾਰਜਾਂ ਦਾ ਸੰਪੂਰਨ ਹੋਣਾ ਇਥੇ ਪੁਆਇੰਟ ਤੋਂ ਆਪਾਂ ਨੂੰ ਐਕਸਪਲੇਨ ਹੋਈ ਜਾਂਦਾ ਹੈ ਕਿ ਜਿਹੜਾ ਖਾਲਸਾ ਦੀ ਸਿਰਜਣਾ ਨਾਲ ਕੀ ਹੋਇਆ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਆਪਣੇ ਕਾਰਜ ਅਰ ਸ਼ੁਰੂ ਕੀਤੇ ਸੀ ਠੀਕ ਹੈ ਜੀ ਉਹ ਸੰਪੂਰਨ ਹੋ ਗਏ ਸੀ ਇਹਦੇ ਵਿੱਚ ਆਪਾਂ ਪੜ ਵੀ ਲੈਣੇ ਵਿੱਚੋਂ ਕੀ ਲਿਖਿਆ ਆ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਉਹਨਾਂ ਦੇ ਸਭਨਾ ਉਤਰ ਅਧਿਕਾਰੀਆਂ ਨੇ ਸਿੱਖ ਧਰਮ ਦੇ ਵਿਕਾਸ ਲਈ ਅਨੇਕਾਂ ਕਾਰਜ ਕੀਤੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਰਕੇ ਆਪਣੇ ਪੂਰਵ ਅਧਿਕਾਰੀਆਂ ਦੇ ਕਾਰਜਾਂ ਨੂੰ ਸੰਪੂਰਨ ਕਰ ਦਿੱਤਾ ਸੀ ਜਾਂ ਸੰਪੂਰਨ ਕੀਤਾ ਸੀ ਠੀਕ ਹੈ ਜੀ ਸਾਰਿਆਂ ਨੂੰ ਪੁਆਇੰਟ ਕਲੀਅਰ ਹੋ ਗਿਆ ਹੋਣਾ ਸੈਕੰਡ ਪੁਆਇੰਟ ਆਪਣੇ ਕੋਲ ਹੈਗਾ ਮਸੰਦ ਪ੍ਰਥਾ ਦਾ ਅੰਤ ਹੁਣ ਦੇਖੋ ਮਸੰਦ ਪ੍ਰਥਾ ਚਲਾਈ ਸੀਗੀ ਜੀ ਇਹ ਵੀ ਐਮਸੀਕਿਊ ਬਣ ਜਾਣਾ ਹੈ ਚੌਥੇ ਗੁਰੂ ਆਰਾਮਦਾਸ ਜੀ ਨੇ ਠੀਕ ਹੈ ਜੀ ਜਿਹੜੀ ਮਸੰਦ ਪ੍ਰਥਾ ਦਾ ਆਰੰਭ ਕੀਤਾ ਸੀ ਉਹ ਕਿਉਂ ਕੀਤਾ ਸੀ ਉਹ ਆਪਾਂ ਪਿਛਲੀ ਫਸਟ ਵੀਡੀਓ ਦੇ ਵਿੱਚ ਕੀਤਾ ਹੈ ਚੈੱਕ ਆਊਟ ਕਰ ਲਿਓ ਜਾ ਕੇ ਨੈਕਸਟ ਕੀ ਆਪਣੇ ਕੋਲੇ ਜਿਹੜੀਆਂ ਚੈਪਟਰ 4 ਦੇ ਵਿੱਚ ਵੀਡੀਓ ਕੀਤੀ ਸੀ ਉਹਨਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਕੀਤਾ ਹੈ ਜੀ ਮਸੰਦ ਪ੍ਰਥਾ ਕਿਉਂ ਚਲਾਈ ਸੀ ਠੀਕ ਹੈ ਜੀ ਕੀ ਕਾਰਨ ਸੀ ਉਹਦਾ ਨੈਕਸਟ ਹੁਣ ਆਪਾਂ ਅੱਗੋਂ ਪੜਦੇ ਹਾਂ ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਸਾਰ ਵਿੱਚ ਨਿਰਸੰਦੇਹ ਮਹੱਤਵਪੂਰਨ ਹਿੱਸਾ ਪਾਇਆ ਸੀ ਠੀਕ ਹੈ ਜੀ ਪਰ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਉਹ ਲੋਕ ਸਵਾਰਥੀ ਲੋਭੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸੀ ਮੋਮਾਇਆ ਫਸ ਗਏ ਸੀ ਕਿਉਂਕਿ ਜਿਵੇਂ ਮੰਨ ਲਓ ਮਸੰਦ ਇਕੱਠਾ ਕਰਦੇ ਸੀ ਠੀਕ ਹੈ ਜੀ ਉਹ ਕੁਸ਼ਟ ਹਿੱਸਾ ਜਿਹੜਾ ਆਪਣੇ ਕੋਲ ਰੱਖ ਲੈਂਦੇ ਸੀਗੇ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਮਸੰਦਾਂ ਨਾਲ ਕਿਸੇ ਕਿਸਮ ਦਾ ਵੀ ਸਬੰਧ ਨਾ ਰੱਖਣ ਸਿੱਟੇ ਵਜੋਂ ਮਸੰਦ ਪ੍ਰਥਾ ਦਾ ਖਾਤਮਾ ਹੋ ਗਿਆ ਸੀਗਾ ਨੈਕਸਟ ਆਪਣੇ ਕੋਲੇ ਬਸ ਇਹਦੇ ਵਿੱਚੋਂ ਇੱਕ ਕੀ ਐਮਸੀਕਿਊ ਬੰਦਾ ਜੀ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਜੀ ਗੁਰੂ ਨਾਮਦਾਸ ਜੀ ਨੇ ਨੈਕਸਟ ਹੈ ਖਾਲਸਾ ਸੰਗਤਾਂ ਦਾ ਅਤਿਅੰਤ ਮਹਤਵ ਇੰਦੇ ਵਿੱਚ ਕੀ ਹੈ ਜੀ ਆਪਣੇ ਕੋਲੇ ਖਾਲਸਾ ਸੰਗਤਾਂ ਨੂੰ ਖੰਡੇ ਦੀ ਪੌਹਲ ਛਕਾਉਣ ਦਾ ਅਧਿਕਾਰ ਦਿੱਤਾ ਗਿਆ ਉਹਨਾਂ ਨੂੰ ਸਿੱਖਾਂ ਵਿੱਚ ਨਿਰਣੇ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਸਿੱਟੇ ਵਜੋਂ ਖਾਲਸਾ ਸੰਗਤਾਂ ਦਾ ਮਹੱਤਵ ਕੀ ਸੀਗਾ ਜੀ ਵਧ ਗਿਆ ਸੀ ਉਹਨਾਂ ਦਾ ਇੱਕ ਵੱਖਰੀ ਪਹਿਚਾਣ ਬਣ ਗਈ ਸੀ ਫੋਰਥ ਆਪਣੇ ਕੋਲ ਪੁਆਇੰਟ ਕੀ ਹੈਗਾ ਸਿੱਖਾਂ ਦੀ ਸੰਖਿਆ ਵਿੱਚ ਵਾਧਾ ਇਹਦਾ ਨੋ ਡਾਊਟ ਹੋਣਾ ਹੀ ਹੋਣਾ ਸੀਗਾ ਜੀ ਕਿਉਂਕਿ ਬਹੁਤ ਵੱਡਾ ਜਿਹੜਾ ਕਦਮ ਚੁੱਕਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤੇ ਬਹੁਤ ਵਧੀਆ ਕਦਮ ਚੁੱਕਿਆ ਗਿਆ ਸੀਗਾ ਹੁਣ ਇਹਦੇ ਵਿੱਚ ਕੀ ਆਊਗਾ ਆਪਣੇ ਕੋਲੇ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇੱਕ ਇਹੇ ਹੁਕਮ ਵੀ ਦਿੱਤੇ ਕਿ ਖਾਲਸਾ ਦੇ ਕੋਈ ਪੰਜ ਮੈਂਬਰ ਵੀ ਅੰਮ੍ਰਿਤ ਛਕਾ ਕੇ ਕਿਸੇ ਨੇ ਖਾਲਸਾ ਵਿੱਚ ਸ਼ਾਮਲ ਕਰ ਸਕਦੇ ਹਨ ਕਿਸੇ ਨੂੰ ਖਾਲਸਾ ਵਿੱਚ ਸ਼ਾਮਲ ਕਰ ਸਕਦੇ ਹਨ ਇੱਥੇ ਵੀ ਮਿਸਤੈਕ ਕੀਤੀ ਹੋਈ ਹੈ ਜੀ ਇਹਨਾਂ ਨੇ ਇਹਦੇ ਵਿੱਚ ਆਪਣੇ ਕੋਲ ਕੀ ਹੈ ਖਾਲਸਾ ਸੰਗਤਾਂ ਨੇ ਵੀ ਅੰਮ੍ਰਿਤ ਛਕਾ ਕੇ ਬਹੁਤ ਸਾਰੇ ਲੋਕਾਂ ਨੂੰ ਸਿੱਖਾਂ ਵਿੱਚ ਸ਼ਾਮਲ ਕੀਤਾ ਸਿੱਤੇ ਵਜੋਂ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਉਹਨਾਂ ਨੇ ਮੇਨ ਇੱਕ ਲਾਈਨ ਕੀ ਕਹੀ ਸੀ ਜਿਹੜੇ ਪੰਜ ਸਿੱਖ ਠੀਕ ਹੈ ਜੀ ਉਹਨਾਂ ਅੰਮ੍ਰਿਤ ਛਕਾ ਕੇ ਅੱਗੇ ਵੀ ਹੋਰ ਸਿੱਖਾਂ ਨੂੰ ਜਿਹੜਾ ਖਾਲਸਾ ਵਿੱਚ ਐਡ ਕਰ ਸਕਦੇ ਆ ਠੀਕ ਹੈ ਜੀ ਸਿੱਖ ਧਰਮ ਦੇ ਵਿੱਚ ਐਡ ਕਰ ਸਕਦੇ ਆ ਨੈਕਸਟ ਆਪਣੇ ਕੋਲੇ 5th ਪੁਆਇੰਟ ਸਿੱਖਾਂ ਵਿੱਚ ਨਵੀਂ ਭਾਵਨਾ ਦਾ ਸੰਚਾਰ ਖਾਲਸਾ ਦੀ ਸਜਣਾ ਨਾਲ ਸਿੱਖਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਇਆ ਅਮ੍ਰਿਤਸਰ ਕਨਪਿਛੋਂ ਉਹ ਆਪਣੇ ਆਪ ਨੂੰ ਸਿੰਗਲ ਖਾਉਣ ਲੱਗੇ ਉਹ ਜਾਤ ਪਾਤ ਦੇ ਭੇਦ ਭਾਵ ਨੂੰ ਭੁੱਲ ਗਏ ਸਿੱਖ ਖਾਣ ਕਰਕੇ ਉਹਨਾਂ ਵਿੱਚ ਡਰ ਅਤੇ ਕਾਇਰਤਾ ਦਾ ਕੋਈ ਅੰਛਣਾ ਰਿਹਾ ਉਹ ਆਪਣੇ ਚਰਿੱਤਰ ਵੀ ਸ਼ੁੱਧ ਰੱਖਣ ਲੱਗੇ ਇਹਦੇ ਜਿਹੜਾ ਇਹ ਆਪਣੇ ਕੋਲ ਪੁਆਇੰਟ ਹੈ ਇਹਦੀ ਆਪਾਂ ਐਕਸਪਲੇਨੇਸ਼ਨ ਇਕੱਲੀ ਪੜ੍ਹਨੀ ਆ ਮੇਨ ਪੁਆਇੰਟ ਫੋਕਸ ਕਰਨਾ ਬਸ ਇਹਦੇ ਵਿੱਚੋਂ ਜਿਹੜੇ ਐਮਸੀਕਿਊ ਕੱਟ ਬਣਦੇ ਆ ਤੇ ਉਹਨਾਂ ਦੇ ਵਿੱਚੋਂ ਕੱਟ ਹੀ ਬਣਨਗੇ ਕਿਉਂਕਿ ਇਹਦੇ ਵਿੱਚ ਸਿਰਫ ਆਪਾਂ ਨੂੰ ਕੀ ਦਿੱਤਾ ਗਿਆ ਜੀ ਮਹੱਤਤਾ ਦੇ ਹੁੰਦੇ ਦੇ ਕੀ ਸਿੱਟੇ ਨਿਕਲੇ ਸੀਗੇ ਨੈਕਸਟ 6th 6th ਪੁਆਇੰਟ ਆਪਣੇ ਕੋਲੇ ਇਹਦੇ ਵਿੱਚੋਂ ਐਮਸੀਕਿਊ ਬਣ ਜਾਣਗੇ ਜੀ 1 2 ਮੁਗਲਾਂ ਦਾ ਸਫਲਤਾਪੂਰਵਕ ਵਿਰੋਧ ਕਿਉਂ ਕੀਤਾ ਸੀ ਇਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਲਿਆ ਸੀਗਾ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਸਿੱਖਾਂ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਦਿੱਤੀਆਂ ਇਹ ਤੁਹਾਨੂੰ ਦੱਸ ਦਿੰਨੇ ਆ ਜੀ ਕਿਉਂ ਕੀਤਾ ਸੀ ਵਿਰੋਧ ਕਿਉਂਕਿ ਪਹਿਲਾਂ ਉਹਨਾਂ ਨੇ ਸਾਧ ਦਿੱਤਾ ਸੀਗਾ ਜੀ ਪਹਾੜੀ ਰਾਜਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਕੀ ਹੈ ਜੀ ਪੰਗਾਨੀ ਦੇ ਯੁੱਧ ਤੋਂ ਬਾਅਦ ਹੋਇਆ ਕਿ ਜਿਹੜੇ ਫਿਰ ਮੁਗਲਾਂ ਨਾਲ ਜਾ ਕੇ ਰਲ ਗਏ ਫਿਰ ਉਹਨਾਂ ਨੇ ਕੀ ਕਿਹਾ ਜੀ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਆਪਣੀ ਇੱਕ ਵੱਖਰੀ ਸੰਸਥਾ ਖੜੀ ਕਰਾਂਗੇ ਠੀਕ ਹੈ ਜੀ ਆਪਣਾ ਵੱਖਰਾ ਜਿਹੜੀ ਸੈਨਾ ਬਣਾਵਾਂਗੇ ਨੈਕਸਟ ਆਪਣੇ ਕੋਲੇ ਉਹਨਾਂ ਨੇ 치ੜੀ ਨੂੰ ਬਾਜ਼ ਨਾਲ ਅਤੇ ਇੱਕ ਸਿੱਖ ਨੂੰ 1 ਲੱਖ ਮੁਗਲਾਂ ਨਾਲ ਲੜਨਾ ਸਿਖਾਇਆ ਸਿੱਟੇ ਵਜੋਂ ਗੁਰੂ ਜੀ ਨੇ ਸਿਖਾ ਨੇ ਠੀਕ ਹੈ ਜੀ 1699 ਤੋਂ 1705 ਤੱਕ ਮੁਗਲਾਂ ਨਾਲ ਕਈ ਯੁੱਧ ਲੜੇ ਗੁਰੂ ਜੀ ਉਹ ਯੁੱਧਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਕਿਹੜੇ ਕਿਹੜੇ ਸੀਗੇ ਐਕਸਪਲੇਨ ਦੇ ਵਿੱਚ ਪੂਰਾ ਗੁਰੂ ਜੀ ਨੇ ਸੀਮਤ ਸਾਧਨਾ ਤੇ ਮੁਠੀ ਪਰ ਸੈਨਾ ਨਾਲ ਸ਼ਕਤੀਸ਼ਾਲੀ ਮੁਗਲ ਫੌਜ ਦਾ ਸਫਲਤਾਪੂਰਵਕ ਵਿਰੋਧ ਕੀਤਾ। ਨੈਕਸਟ ਆਪਣੇ ਕੋਲੇ ਗੁਰੂ ਸਾਹਿਬ ਨੇ ਪਹਾੜੀ ਰਾਜਾਂ ਨਾਲ ਯੁੱਧ ਇਹ ਦੱਸਤਾ ਸੀਗਾ ਜੀ ਕਿਉਂ ਕੀਤਾ ਸੀ ਉਹਨਾਂ ਨੇ ਪਿਆ ਐਸੇ ਪੁਆਇੰਟ ਦੇ ਵਿੱਚ ਪਿਛਲੇ ਚ ਐਕਸਪਲੇਨ ਕਰਤਾ ਤੁਹਾਨੂੰ। ਖਾਲਸਾ ਦੀ ਸਾਧਨਾ ਤੋਂ ਪਹਾੜੀ ਰਾਜੇ ਘਬਰਾ ਗਏ, ਵਿਸ਼ੇਸ਼ ਤੌਰ ਤੇ ਬਿਲਾਸਪੁਰ ਦਾ ਰਾਜਾ ਠੀਕ ਹੈ ਜੀ ਕਿਹੜਾ ਸੀ ਉਹ ਭੀਮਚੰਦ ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਦੇਖ ਕੇ ਬਹੁਤ ਡਰਿਆ ਹੋਇਆ ਸੀ। ਉਸਨੇ ਹੋਰ ਕਈ ਪਹਾੜੀ ਰਾਜਾਂ ਨਾਲ ਗੱਠਜੋੜ ਕਰ ਲਿਆ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਕਤੀ ਨੂੰ ਦਬਾਉਣ ਦਾ ਮਨ ਬਣਾਇਆ ਸਿੱਟੇ ਵਜੋਂ ਗੁਰੂ ਸਾਹਿਬ ਨੂੰ ਖਾਲਸਾ ਦਾ ਖਾਲਸਾ ਦੀ ਸਾਜਣਾ ਮਗਰੋਂ ਪਹਾੜੀ ਰਾਜਾਂ ਨਾਲ ਕਈ ਯੁੱਧ ਕਰਨੇ ਪਏ ਠੀਕ ਹੈ ਜੀ ਇਹੀ ਕਾਰਨ ਸੀ ਕਿਉਂ ਯੁੱਧ ਕਰਨੇ ਪਏ ਕਿਉਂਕਿ ਉਹ ਡਰਿਆ ਹੋਇਆ ਸੀਗਾ ਮੇਨ ਸੀ ਜਿਹੜਾ ਬिलासपुर ਦਾ ਰਾਜਾ ਸੀ ਭੀਮਚੰਦ ਉਹ ਡਰਿਆ ਹੋਇਆ ਸੀਗਾ ਉਹਨੇ ਕਾਫੀ ਜਿਹੜੇ ਪਹਾੜੀ ਰਾਜਾਂ ਨਾਲ ਗੱਠਜੋੜ ਕਰ ਲਿਆ ਤੇ ਉਹਨਾਂ ਨੂੰ ਜਿਹੜੇ ਖਾਲਸਾ ਦੀ ਸਾਜਣਾ ਤੋਂ ਬਾਅਦ ਪਹਾੜੀ ਰਾਜਾਂ ਨਾਲ ਕਈ ਯੁੱਧ ਕਰਨੇ ਪਏ ਗੁਰੂ ਸਾਹਿਬਾਨ ਨੂੰ ਠੀਕ ਹੈ ਜੀ ਨੈਕਸਟ ਆਪਣੇ ਕੋਲ 8.6 ਸਿੱਖ ਸੰਪਰਦਾ ਦਾ ਵੱਖਰਾ ਸਰੂਪ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤੱਕ ਸਿੱਖਾਂ ਦੇ ਆਪਣੇ ਤੀਰਥ ਸਥਾਨ ਹੋਦ ਵਿੱਚ ਆ ਗਏ ਸਨ ਤੁਹਾਨੂੰ ਇਹ ਦੱਸਿਆ ਹੀ ਕਿਹੜੇ ਕਿਹੜੇ ਗੁਰੂ ਜੀ ਨੇ ਕਿਹੜਾ ਕਿਹੜਾ ਤੀਰਥ ਸਥਾਨ ਜਿਹੜਾ ਇਹਨਾਂ ਦਾ ਨਿਰ ਰੱਖੀ ਸੀਗੀ ਇਹ ਸਾਰੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਚੈਪਟਰ 4 3 ਦੇ ਵਿੱਚ ਕੰਪਲੀਟ ਕੀਤੇ ਹੋਏ ਆ ਜਿਨ੍ਹਾਂ ਨੇ ਨਹੀਂ ਦੇਖੇ ਜਾ ਕੇ ਦੇਖ ਲਿਓ ਇਹਦੇ ਵਿੱਚ ਅੱਗੋਂ ਆਪਣੇ ਕੋਲ ਕੀ ਹੈ ਜੀ ਸਿੱਖਾਂ ਦੇ ਆਪਣੇ ਪਵਿੱਤਰ ਗ੍ਰੰਥ ਆਦ ਗ੍ਰੰਥ ਦਾ ਸੰਕਲਨ ਹੋ ਗਿਆ ਸੀ ਉਨ ਇਹ ਵੀ ਕੀਤਾ ਹੈ ਜੀ ਆਦ ਗ੍ਰੰਥ ਵਿੱਚ ਕਿਹੜੇ ਕਿਹੜੇ ਗੁਰੂ ਸਾਹਿਬਾਨ ਨੇ ਕਿੰਨੇ ਸ਼ਬਦ ਐਡ ਕੀਤੇ ਸੀਗੇ ਨੈਕਸਟ ਹੈਗਾ ਆਪਣੇ ਕੋਲੇ ਉਹਨਾਂ ਦੇ ਦਿਨ ਤਿਹਾੜਾ ਤੇ ਰੀਤੀ ਰਿਵਾਜ ਮਨਾਉਣ ਦੇ ਆਪਣੇ ਤਰੀਕੇ ਪ੍ਰਚਲਿਤ ਹੋ ਗਏ ਸਨ ਖਾਲਸਾ ਦੀ ਸਥਾਪਨਾ ਨਾਲ ਸਿੱਖਾਂ ਦੇ ਪੰਜ ਕੰਗਾਰਾ ਠੀਕ ਹੈ ਜੀ ਦੀ ਪਾਲਣਾ ਕਰਕੇ ਆਪਣੇ ਬਾਰੀ ਸ੍ਰੂਪ ਨੂੰ ਵੀ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ ਸੀ ਇਹ ਵੀ ਕੀਤਾ ਹੈ ਜੀ ਆਪਾਂ ਪੂਰਾ ਡਿਟੇਲ ਦੇ ਵਿੱਚ ਪੰਜ ਕਿਹੜੇ ਕਿਹੜੇ ਸੀਗੇ ਜੀ ਖਾਲਸਾ ਵਰਗ ਦੇ ਮਰਦ ਸਿੰਘ ਅਤੇ ਔਰਤਾਂ ਕੋਰ ਬਣ ਗਈਆਂ ਸਨ ਨੈਕਸਟ 9ਥ ਪੁਆਇੰਟ ਆਪਣੇ ਕੋਲ ਹੈਗਾ ਖਾਲਸਾ ਨੇ Hindu ਧਰਮ ਨੂੰ ਮਿਟਣ ਤੋਂ ਬਚਾ ਲਿਆ ਠੀਕ ਹੈ ਜੀ Hindu ਧਰਮ ਜਿਹੜਾ ਕਾਫੀ ਅਤਿਆਚਾਰ ਕਰ ਰਿਹਾ ਸੀ ਔਰੰਗਜ਼ੇਬ ਜਿਹੜਾ ਮੁਗਲ ਕਰ ਰਹੀ ਸੀਗੇ ਖਾਲਸਾ ਨੇ Hindu ਧਰਮ ਨੂੰ ਮਿਟਣ ਤੋਂ ਬਚਾ ਲਿਆ ਔਰੰਗਜ਼ੇਬ ਅਗੇ ਇਸੇ ਵਿੱਚ ਪੁਆਇੰਟ ਦੇ ਵਿੱਚ ਵੀ ਐਕਸਪਲੇਨ ਇਹੀ ਕੀਤਾ ਹੈ ਜੀ ਔਰੰਗਜ਼ੇਬ Hinduਾਂ ਉੱਤੇ ਅਥਾਹ ਜ਼ੁਲਮ ਕਰ ਰਿਹਾ ਸੀ ਪੰਜਾਬ ਵਿੱਚ ਉਸ ਦੇ ਜ਼ੁਲਮ ਦ ਤੱਕਰਾ ਕਰਨ ਵਾਲਾ ਖਾਲਸਾ ਹੀ ਸੀ ਖਾਲਸਾ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੇ ਦੂਜੇ ਸੂਬਿਆਂ ਵਿੱਚਲੇ ਲੋਕ ਵੀ ਔਰੰਗਜ਼ੇਬ ਦੇ ਜ਼ੁਲਮ ਦਾ ਵਿਰੋਧ ਕਰਨ ਲੱਗੇ ਸਿੱਟੇ ਵਜੋਂ Hindu ਧਰਮ ਦੀ ਹਰ ਪਾਸਿਓਂ ਰੱਖਿਆ ਹੋਣ ਲੱਗੀ ਇਸ ਤਰ੍ਹਾਂ Hindu ਧਰਮ ਖਤਮ ਹੋਣ ਤੋਂ ਬਚ ਗਿਆ ਲਾਸਟ 10th ਪੁਆਇੰਟ ਹੈਗਾ ਜੀ ਆਪਣੇ ਕੋਲੇ ਖਾਲਸਾ ਨਾਲ ਵਹਿਮਾਂ ਦਾ ਅੰਤ ਹੋਇਆ ਜਿਹੜਾ ਵਹਿਮ ਪਰਮਾ ਜੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਖੰਡਨ ਕਰਨਾ ਸ਼ੁਰੂ ਕਰਤਾ ਸੀਗਾ ਪਰ ਜਿਹੜਾ ਖਾਲਸਾ ਨਾਲ ਵਹਿਮਾਂ ਭਰਮਾਂ ਦਾ ਪੂਰਨ ਤੌਰ ਤੇ ਅੰਤ ਹੋ ਚੁੱਕਿਆ ਸੀ ਖਾਲਸਾ ਆਪਣੇ ਅਸੂਲਾਂ ਮੁਤਾਬਕ ਹਿੰਦੂਆਂ ਦੇ ਪੁਰਾਣੇ ਵਹਿਮ ਭਰਮਾਂ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ ਉਸੇ ਤਰ੍ਹਾਂ ਖਾਲਸਾ ਨੇ ਯੱਗਾਂ ਬਲੀਆਂ ਵਰਤਾਂ ਮੂਰਤੀ ਪੂਜਾ ਅੰਧਵਿਸ਼ਵਾਸਾਂ ਨਾਲੋਂ ਨਾਤਾ ਤੋੜ ਲਿਆ ਸੀ ਸਿੱਟੇ ਵਜੋਂ ਖਾਲਸਾ ਨੇ ਅੰਧਵਿਸ਼ਵਾਸ ਤੇ ਗਿਆਨਤਾ ਦਾ ਅੰਤ ਕਰ ਦਿੱਤਾ ਸੀ 11 ਪੁਆਇੰਟ ਹੈਗਾ ਜੀ ਆਪਣੇ ਕੋਲੇ ਸਿੱਖ ਸੰਪਰਦਾ ਵਿੱਚ ਲੋਕਤੰਤਰੀ ਤਤਾਂ ਦਾ ਪ੍ਰਚਲਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਣ ਤੋਂ ਬਾਅਦ ਆਪ ਵੀ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀਗਾ। ਉਹਨਾਂ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਕੋਈ ਵੀ ਪੰਜ ਸਿੰਘ ਜਾਂ ਸੰਗਤ ਹੋਰ ਕਿਸੇ ਵਿਅਕਤੀ ਨੂੰ ਅੰਮ੍ਰਿਤ ਛਕਾ ਸਕਦੀ ਹੈ। ਆਪਣੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਗੁਰਸ਼ਕਤੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਵਿੱਚ ਵੰਡ ਕੇ ਲੋਕਤੰਤਰ ਦੀ ਸਥਾਪਨਾ ਕਰ ਦਿੱਤੀ ਸੀ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇਸ਼ ਦੇ ਪਹਿਲੇ ਲੋਕਤੰਤਰੀ ਹੋਏ। ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉਥਾਨ ਖਾਲਸਾ ਦੇ ਸੰਗਠਨ ਨਾਲ ਸਿੱਖਾਂ ਵਿੱਚ ਦਲੇਰੀ ਬਹਾਦਰੀ ਨਿਡਰਤਾ ਹਿੰਮਤ ਅਤੇ ਆਤਮ ਬਲੀਦਾਨ ਦੀਆਂ ਭਾਵਨਾਵਾਂ ਜਾਗਰਿਤ ਹੋਈਆਂ ਠੀਕ ਹੈ ਜੀ ਸਿੱਟੇ ਵਜੋਂ ਸਿੱਖਾਂ ਨੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵਿਚੋਂ ਵੀ ਮੁਗਲਾਂ ਨਾਲ ਸੰਘਰਸ਼ ਜਾਰੀ ਰੱਖਿਆ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਇੱਕ ਵਾਰ ਤਾਂ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਉੱਤੇ ਕਬਜ਼ਾ ਵੀ ਕਰ ਲਿਆ ਸੀ ਬੰਦਾ ਸਿੰਘ ਬਹਾਦਰ ਦੇ ਮਗਰੋਂ ਸਿੱਖਾਂ ਨੂੰ ਬੜੇ ਕਸ਼ਟਾਂ ਨੇ ਪਏ ਪਰ ਉਹ ਆਪਣੇ ਧਰਮ ਵਿੱਚ ਦ੍ਰਿੜ ਰਹੇ। ਉਹਨਾਂ ਨੇ ਮੁਗਲਾਂ ਬਾਦ ਅਫਗਾਨਾਂ ਦਾ ਵੀ ਬੜੀ ਹਿੰਮਤ ਦਲੇਰੀ ਅਤੇ ਬਹਾਦਰੀ ਨਾਲ ਟੱਕਰਾਂ ਕੀਤਾ। ਆਖਰ ਵਿੱਚ ਉਹਨਾਂ ਨੇ ਪੰਜਾਬ ਦੇ ਪਿੰਨ-ਪਿੰਨ ਪਾਗਾਂ ਵਿੱਚ ਛੋਟੇ-ਛੋਟੇ ਸਤੰਤਰ ਰਾਜ ਠੀਕ ਹੈ ਜੀ ਸਥਾਪਿਤ ਹੋ ਗਏ ਜਾਂ ਕਰ ਲਏ। ਇਹ ਸੀ ਆਪਣਾ ਜੀ ਸਾਰਾ ਪੁਆਇੰਟ ਜਿਹੜਾ ਉਹਨਾਂ ਦੇ ਮਹੱਤਵ ਦੇ ਸਿੱਟੇ ਨਿਕਲੇ ਸੀਗੇ ਠੀਕ ਹੈ ਜੀ। ਜਿਨ੍ਹਾਂ ਨੇ ਪਿਛਲੇ ਚੈਪਟਰ ਦੇ ਪਾਰਟ ਨਹੀਂ ਦੇਖਿਓ ਦੇਖ ਸਕਦਾ ਹੈ 3rd ਪਾਰਟ ਸੀਗਾ। ਹੁਣ ਆਪਾਂ ਅਗਲੇ ਪਾਰਟ ਦੇ ਵਿੱਚ ਲੜਾਈਆਂ ਬਾਰੇ ਡਿਸਕਸ ਕਰਾਂਗੇ। ਦੋ ਪਾਰ ਬਣਨਗੇ ਲੜਾਈਆਂ ਦੇ ਪ੍ਰੋਪਰ ਪੂਰਾ ਐਕਸਪਲੇਨੇਸ਼ਨ ਨਾਲ ਕਰਨੇ ਆ ਤਾਂ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ